ਮੇਰੇ ਨਾਲ ਜ਼ਿੰਦਗੀ ਜ਼ਿੰਦਾਬਾਦ ਨਿੰਜੇ ਵਾਲੀ ਫਿਲਮ ਤੇ ਕੰਮ ਕੀਤਾ ਸੀਗਾ। ਤਾਂ ਬਹੁਤ ਘੈਂਟ ਐਕਟਰ ਨਹੀਂ ਆ, ਬਹੁਤ ਘੈਂਟ ਕੰਮ ਕਰਦੀ ਆ। ਹਰ ਇੱਕ ਕੁੜੀ ਦੇ ਕੰਮ 'ਚ ਆਉਂਦੀ ਨਹੀਂ, ਤੁਹਾਨੂੰ ਪਤਾ ਮੈਂ ਕੀ ਪਤਾ ਲਵਾ। ਤਾਂ ਸਾਰਿਆਂ ਕੋਲ ਵੀਡੀਓ ਤੁਰੀ ਫਿਰਦੀ ਆ। ਤਾਂ ਕਹਿੰਦਾ ਕੂਲ ਲਿਪ ਦਿਖੀ ਜਾਂਦੀ ਆ, ਤੂੰ ਲਵਾ ਕੇ ਗਿਆ ਕੂਲ ਲਿਪ ਵੀ ਭੌਂਕੀ ਜਾਂਦੇ ਹੁੰਦੇ ਹੋ। ਮੁੱਦੇ ਦੀ ਗੱਲ ਹੈਗੀ ਆ ਮੈਂਡੀ ਤੱਖੜ ਦੀ, ਠੀਕ ਹੈ। ਮੈਂਡੀ ਤੱਖੜ ਦੀ ਗੱਲ ਇਹ ਕਰਦੇ ਹਾਂ ਵੀ ਮੈਂਡੀ ਤੱਖੜ ਭੈਣ ਨੇ ਮੇਰੇ ਨਾਲ ਜ਼ਿੰਦਗੀ ਜ਼ਿੰਦਾਬਾਦ ਨਿੰਜੇ ਵਾਲੀ ਫਿਲਮ 'ਤੇ ਕੰਮ ਕੀਤਾ ਸੀਗਾ, ਜਿਹੜੀ ਮਿੰਟੂ ਗਰਸਰੀਏ ਦੀ ਲਿਖੀ ਵੀ ਆ, ਠੀਕ ਹੈ। ਅਤੇ ਹੁਣ ਇੱਕ ਮਿੰਟ ਐਨ ਕਈ ਘੱਟ ਜਿਹਦਾ ਸੀ ਹੁਣ ਦਿਸਦਾ ਹੈਗਾ, ਊਂ ਨਾ ਕਹਿ ਦਿਓ ਫੋਕਰਾ ਲਾਈ ਫਿਰਦਾ, ਤਾਂ ਸ਼ੌਂਕ ਵਜੋਂ ਲਾਲ ਹੀ ਚੱਲੀ ਜਾਂਦਾ ਖੜਾ। ਵੀ ਮੈਂਡੀ ਤੱਖੜ ਬਹੁਤ ਵਧੀਆ ਕਲਾਕਾਰ ਆ, ਆਪਦੇ ਸਿਰ 'ਤੇ ਹਿੱਟ ਹੋਈ ਆ, ਬਹੁਤ ਮਿਹਨਤ ਕਰਕੇ ਹੋਈ ਆ। ਵੀ ਕਿਸੇ ਦਾ ਕੈਰੀਅਰ ਬਰਬਾਦ ਨਾ ਕਰਿਆ ਕਰੋ। ਉਹਦੀ ਫੇਕ ਵੀਡੀਓ ਬਣਾ ਦਿੱਤੀ ਸੋਫਟਵੇਅਰ ਨੇ, ਇਹ ਬਹੁਤ ਮਾੜੀ ਗੱਲ ਆ। ਮੈਂਡੀ ਭੈਣ ਹੌਂਸਲਾ ਰੱਖ, ਕੋਈ ਗੱਲ ਨਹੀਂ, ਇਹ ਤਾਂ ਚੱਲਦੀ ਰਹਿੰਦਾ ਹੈਗਾ। ਤੁਸੀਂ ਦੁਬਾਰੇ ਫਿਰ ਤਰੱਕੀ ਕਰੋ, ਉੱਭਰ ਕਰੋਗੇ। ਤੁਸੀਂ ਹੈ ਤਾਂ ਆਲਰੇਡੀ ਹਿੱਟ ਹੀ ਹੋ, ਪਰ ਹੋਰ ਵੀ ਤੁਹਾਨੂੰ ਹਿੱਟ ਕਰੂਗਾ ਬਾਬਾ, ਠੀਕ ਆ। ਅਤੇ ਤੁਹਾਡੇ 'ਤੇ ਕਿਰਪਾ ਰਹੇ, ਬਹੁਤ ਘੈਂਟ ਤੁਸੀਂ ਹੀਰੋਇਨ ਆ। ਪੰਜਾਬੀ ਪਹਿਲੀ ਪੰਜਾਬੀ ਇੰਡਸਟਰੀ ਬਹੁਤ ਛੋਟੀ ਹੈ, ਕਿੰਨੀ ਛੋਟੀ ਤਾਂ ਪੰਜਾਬੀ ਇੰਡਸਟਰੀ ਆ। ਕੁਛ ਪਾਕਿਸਤਾਨ 'ਚ ਵੰਡੀ ਗਈ ਅਤੇ ਖਲਾਰਾ ਪੈ ਗਿਆ, ਥੋੜ੍ਹੀ ਜਿਹੀ ਪੰਜਾਬੀ ਇੰਡਸਟਰੀ ਆ, ਥੋੜ੍ਹੇ ਜਿਹੇ ਲੋਕ ਰਹਿ ਗਏ ਪੰਜਾਬੀ ਬੋਲਣ ਵਾਲੇ, ਹੈ ਨਾ। ਪਹਿਲਾਂ ਹੀ ਇੰਨੀ ਰੌਲੀ ਪਿਆ ਰੌਲਾ ਪਿਆ ਖੜਾ, ਅਤੇ ਆਪਾਂ ਇੰਡਸਟਰੀ ਦੇ ਭਰਾਵੋ ਨਾਲ ਖੜੋ, ਜਿਹੜੇ ਇੰਡਸਟਰੀ ਦੇ ਜਿਹੜੀਆਂ ਕੁੜੀਆਂ ਕੰਮ ਕਰਦੀਆਂ, ਕਿਉਂਕਿ ਮਾਵਾਂ ਧੀਆਂ ਭੈਣਾਂ ਸਾਰਿਆਂ ਦੇ ਘਰ ਆ, ਠੀਕ ਆ। ਜਿਹੜੀਆਂ ਕੁੜੀਆਂ ਇੰਡਸਟਰੀ 'ਚ ਫਿਲਮਾਂ ਦਾ ਕੰਮ ਕਰਦੀਆਂ, ਉਹਨਾਂ ਦੇ ਨਾਲ ਉਹਨਾਂ ਦੀ ਸਪੋਰਟ ਕਰਿਆ ਕਰੋ, ਕਿਉਂਕਿ ਹਰ ਇੱਕ ਕੁੜੀ ਦੇ ਕੰਮ 'ਚ ਆਉਂਦੀ ਨਹੀਂ, ਤੁਹਾਨੂੰ ਪਤਾ ਹੀ ਆ, ਹੈ ਨਾ। ਅਤੇ ਜਿਗਰਾ ਕਰਕੇ ਵਿਚਾਰੀਆਂ ਇਹ ਥੀਏਟਰ ਕਰਕੇ ਮਿਹਨਤ ਕਰਕੇ ਪਹੁੰਚਦੀਆਂ ਇਹਨਾਂ ਦੇ ਅੰਡਾ। ਮੈਂ ਵੀ ਇੱਕ ਇੰਡਸਟਰੀ ਦਾ ਛੋਟਾ ਜਿਹਾ ਕਲਾਕਾਰ ਹਾਂ, ਮੈਂ ਹਿੱਕ ਠੋਕ ਕੇ ਭੈਣ ਨਾਲ ਖੜਾਂਗਾ। ਬਾਕੀ ਜਿੰਨੀਆਂ ਵੀ ਗਾਉਣ ਵਾਲੀਆਂ ਕੁੜੀਆਂ ਹੈਗੀਆਂ, ਜਿੰਨੀਆਂ ਵੀ ਐਕਟਰਨੀਆਂ, ਸਾਰੀਆਂ ਮੈਂਡੀ ਤੱਖੜ ਭੈਣ ਨਾਲ ਖੜੋ, ਠੀਕ ਆ। ਬੰਦਾ ਤਾਂ ਲੱਗ ਗਿਆ, ਕਿੰਨੇ ਬੰਦੇ ਦੇਖਣ ਲੱਗ ਗਏ, ਬੰਦਾ ਲੱਗ ਗਿਆ 700-800 ਦੇਖਣ, ਰਿਕਾਰਡ ਟੁੱਟ ਗਏ। ਬਹੁਤ ਦਿਨਾਂ ਬਾਅਦ ਲਾਈਵ ਆਇਆ ਸੀ, ਅਤੇ ਮੇਰੀ ਗੱਲ ਸੁਣ ਲਓ ਭਾਈ, ਮੈਂ ਖੜਾਂਗਾ ਹਿੱਕ ਠੋਕ ਕੇ ਮੈਂਡੀ ਤੱਖੜ ਭੈਣ ਨਾਲ। ਬਹੁਤ ਉਹਨੇ ਮਿਹਨਤ ਕੀਤੀ ਆ, ਮਸਾਂ ਐਡੇ ਮੁਕਾਮ 'ਤੇ ਪਹੁੰਚੀ ਆ। ਐਵੇਂ ਉਹਦੀਆਂ ਫੇਕ ਵੀਡੀਓ ਸੋਫਟਵੇਅਰ ਨਾਲ ਬਣਾ ਕੇ ਕਿਸੇ ਦਾ ਦਿਲ ਨਾ ਤੋੜਿਆ ਕਰੋ। ਅੰਡਾ ਪੰਜਾਬੀਆਂ ਦਾ ਨਾਂ ਉੱਚਾ ਕੀਤਾ, ਬਹੁਤ ਘੈਂਟ ਐਕਟਰ ਨਹੀਂ ਆ, ਬਹੁਤ ਘੈਂਟ ਕੰਮ ਕਰਦੀ ਆ, ਕਿਉਂਕਿ ਮੈਂ ਇੰਡਸਟਰੀ ਦਾ ਕਲਾਕਾਰ ਹਾਂ। ਮੈਂ ਵੀ ਫਿਲਮਾਂ 'ਚ ਕੰਮ ਕੀਤਾ, ਅਤੇ ਆਪਾਂ ਉਹਦੇ ਨਾਲ ਖੜੇ ਹਾਂ। ਮੇਰੇ ਨਾਲ ਨਿੰਜੇ ਵਾਲੀ ਫਿਲਮ 'ਤੇ ਜ਼ਿੰਦਗੀ ਜ਼ਿੰਦਾਬਾਦ 'ਤੇ ਉਹਨੇ ਕੰਮ ਕੀਤਾ ਸੀਗਾ, ਮਿੰਟੂ ਗੁਰਸਰੀਏ ਦੀ ਜਿਹੜੀ ਲਿਖੀ ਵੀ ਆ, ਉੱਥੇ ਮੈਨੂੰ ਮਿਲੀ ਸੀ ਭੈਣ, ਠੀਕ ਆ। ਹੁਣ ਲੋਕ ਕਹਿਣਗੇ ਤੂੰ ਵੀ ਵੀਡੀਓ ਦੇਖਿਓ, ਵੀਡੀਓ ਤਾਂ ਸਾਰਿਆਂ ਨੇ ਦੇਖੀ ਯਾਰ, ਪਰ ਫੇਕ ਆ। ਚੱਲ ਮੈਂ ਕਹੀ ਜਾਣਗੇ ਯਾਰ ਵੀਡੀਓ ਦੇਖਿਓ, ਤਾਂ ਗੱਲ ਮੁੱਦੇ ਦੀ ਕਰਦੇ ਹਾਂ ਵੀ ਧੀਆਂ ਭੈਣਾਂ ਸਾਰਿਆਂ ਦੇ ਆ। ਇਹ ਗੱਲ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਵੀਡੀਓ ਸ਼ੇਅਰ ਸ਼ੂਰ ਕਿਤੇ ਨਾ ਕਰੋ, ਸਾਰਾ ਕੁਛ ਫੇਕ ਆ, ਸੋਫਟਵੇਅਰ ਨਾਲ ਕੁਛ ਵੀ ਬਣ ਸਕਦਾ ਅੱਜ ਕੱਲ੍ਹ, ਤੁਹਾਨੂੰ ਪਤਾ ਆ, ਹੈ ਨਾ। ਇਹੀ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਕਰਨੀਆਂ ਸੀ ਵੀ ਜਿੰਨੀਆਂ ਵੀ ਫੀਮੇਲ ਐਕਟਰਨੀਆਂ, ਠੀਕ ਆ, ਕੁੜੀਆਂ ਐਕਟਰਨੀਆਂ ਗਾਉਣ ਵਾਲੀਆਂ, ਸਾਰੀਆਂ ਅੱਜ ਮੈਂਡੀ ਦੀ ਸਪੋਰਟ ਕਰੋ, ਅਤੇ ਬਾਕੀ ਸਾਰੇ ਭਰਾਵੋ ਜਿੰਨੇ ਵੀ ਪੰਜਾਬੀ ਫਿਲਮ ਵਾਲੇ ਆ, ਸਾਰੇ ਜਣੇ ਸਪੋਰਟ ਕਰ ਰਹੇ ਆ। ਬਾਈ ਐਮੀ ਵਿਰਕ ਨੇ ਵੀ ਕੀਤੀ ਆ, ਸਿੱਧੂ ਮੂਸੇਵਾਲ ਨੇ ਵੀ ਕੀਤੀ ਆ। ਬਾਕੀ ਇੱਕ ਗੱਲ ਹੋਰ ਆ ਭਰਾਵੋ, ਭੈਣ ਦੀ ਆ ਰਹੀ ਆ ਸਿੱਧੂ ਮੂਸੇਵਾਲ ਨਾਲ ਫਿਲਮ, ਅਤੇ ਉਹਦੇ 'ਚ ਵੀ ਆਈ ਐਮ ਸਟੂਡੈਂਟ ਆ ਜਿਹੜੀ ਫਿਲਮ, ਉਹਦੇ 'ਚ ਵੀ ਮੈਂਡੀ ਤੱਖਣ ਮੇਨ 'ਤੇ ਆ, ਹੀਰੋਇਨ ਆ, ਅਤੇ ਪੂਰਾ ਸਿਰਾ ਕਰਾਇਆ ਉਹਦੇ 'ਚ। ਅਤੇ ਗੱਲ ਇਹ ਆ ਭਰਾਵੋ ਵੀ ਆਪਾਂ ਸਪੋਰਟ ਕਰਿਆ ਕਰੋ, ਜਿੱਦੂ ਵੀ ਕਲਾਕਾਰ ਨਾਲ ਕੋਈ ਧੱਕਾ ਹੁੰਦਾ ਗਾ, ਠੀਕ ਆ। ਅਤੇ ਬਸ ਇਹੀ ਗੱਲਾਂ ਬਾਤਾਂ ਸੀ, ਅਤੇ ਜਿਹਨੇ ਆ ਜਿਹੜੇ ਮੰਨ ਲਾ ਕਮੈਂਟਾਂ 'ਚ ਗਲਤ ਬੋਲੀ ਨਾ, ਮੈਨੂੰ ਤੁਹਾਡਾ ਕੋਈ ਅਸਰ ਨਹੀਂ, ਕਿਉਂਕਿ ਇਹਦਾ ਖਾੜਾ ਚੱਲੀ ਹੀ ਜਾਊ ਯਾਰ, ਇਹਦਾ ਬੋਲੀ ਹੀ ਜਾਣਾ, ਠੀਕ ਆ, ਕਿਉਂਕਿ ਸਾਰਿਆਂ ਦੀ ਸੋਚ ਮੈਂ ਇੱਕੋ ਜਿਹੀ ਕਰ ਨਹੀਂ ਸਕਦਾ, ਠੀਕ ਆ। ਅਤੇ ਮੈਨੂੰ ਲੋੜ ਨਹੀਂ, ਕਹਿੰਦੇ ਜਿਨ੍ਹਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਤੂੰ ਦੱਸਦਾ, ਸਾਰਿਆਂ ਨੂੰ ਪਤਾ ਬਈ ਇਹ ਗੱਲ, ਠੀਕ ਹੈ। ਅਤੇ ਬਾਕੀ ਭਰਾਵੋ ਮੈਂ ਬਾਈ ਕਹਿੰਦਾ ਹਾਂ, ਆਪਾਂ ਭਰਾਵੋ ਕਿਸੇ ਕਲਾਕਾਰਾਂ ਨੂੰ ਕਹਿੰਦੇ ਨਹੀਂ ਵੀ ਲੜੋ, ਸਾਰੇ ਇਕੱਠੇ ਰਹੋ, ਪਿਆਰ ਨਾਲ ਰਹੋ। ਅਤੇ ਗੱਲ ਬਸ ਇਹੀ ਗੱਲਾਂ ਬਾਤਾਂ ਸੀ, ਕਹਿੰਦਾ ਕੂਲ ਲਿਪ ਦਿਖੀ ਜਾਂਦੀ ਆ, ਤੂੰ ਲਵਾ ਕੇ ਗਿਆ ਕੂਲ ਲਿਪ ਵੀ ਭੌਂਕੀ ਜਾਂਦੇ ਹੁੰਦੇ ਹੋ। ਅਤੇ ਬਸ ਗੱਲਾਂ ਬਾਤਾਂ ਹੀ, ਕਮੈਂਟਾਂ ਦਾ ਮੈਨੂੰ ਕੋਈ ਅਸਰ ਨਹੀਂ, ਜਿਹੜਾ ਕੁਛ ਬੋਲਣਾ ਬੋਲੀ ਜਾਓ, ਪਰ ਇੰਡਸਟਰੀ 'ਚ ਭਰਾਵੋ ਇੱਕ ਦੂਜੇ ਦੀ ਮਦਦ ਕਰਿਆ ਕਰੋ ਜਦੋਂ ਔਖਾ ਟਾਈਮ ਆਉਂਦਾ। ਮੈਂ ਵੀ ਇੰਡਸਟਰੀ ਦਾ ਕਲਾਕਾਰ ਹਾਂ, ਤਾਂ ਕਰਕੇ ਭੈਣ ਦੀ ਮਦਦ ਕਰਦਾਂਗਾ। ਬਾਕੀ ਜਿੰਨੀਆਂ ਵੀ ਜਿਵੇਂ ਐਕਟਰਨੀ ਬਾਮਕਾ ਗੱਬੀ ਆ, ਉਹ ਵੀ ਹੱਕ 'ਚ ਆਵੇ ਇਹਦੇ ਭੈਣ ਦੇ, ਕਿਉਂਕਿ ਉਹ ਵੀ ਇਹਦੇ ਨਾਲ ਇਹਦੀ ਦੋਸਤ ਆ ਪੱਕੀ, ਹੈ ਨਾ। ਅਤੇ ਬਾਕੀ ਭਰਾਵੋ ਹਾਂ, ਆਈ ਐਮ ਸੁਪਰਵਾਈਜ਼ਰ, ਬਸ ਇਹੀ ਗੱਲਾਂ ਬਾਤਾਂ ਸੀ। ਕਹਿੰਦਾ ਕਿੱਦਾਂ ਜੱਟਾ, ਠੀਕ ਆ। ਅਤੇ ਲਖਦੀਪ ਬਰਾੜ ਕਹਿੰਦਾ ਕਿੱਦਾਂ ਜੱਟਾ, ਠੀਕ ਆ, ਠੀਕ ਆ ਬਾਈ। ਅਤੇ ਬਸ ਇਹੀ ਗੱਲਾਂ ਬਾਤਾਂ ਸੀ, ਮੈਂ 19-20 ਦਿਨਾਂ ਬਾਅਦ ਲਾਈਵ ਹੋਇਆ ਸੀ, ਬਸ ਇਹੀ ਗੱਲਾਂ ਬਾਤਾਂ ਕਰਨੀਆਂ ਸੀ। ਅਤੇ ਬਿਜੀ ਸੀਗਾ ਥੋੜ੍ਹਾ ਜਿਹਾ, ਕਿਸਾਨੀ ਦਾ ਜਿਹੜਾ ਬਿੱਲ ਜਿਹਾ ਪਾਸ ਕੀਤਾ, ਇਹਦੇ ਸੰਬੰਧੀ MLA ਨੂੰ ਮੰਗ ਪੱਤਰ ਦੇ ਰਿਹਾ ਸੀ, ਠੀਕ ਆ।
ਅਤੇ ਬਾਕੀ ਜਿਹਨੇ ਗਲਤ ਗੁਲਤ ਕਮੈਂਟ ਕਰਨੇ ਉਹਨਾਂ ਦਾ ਮੇਰਾ ਕੋਈ ਅਸਰ ਨਹੀਂ, ਮੈਨੂੰ 6 ਸਾਲ ਹੋ ਗਏ ਕੰਮ 'ਚ ਪਏ ਨੂੰ, ਤੁਹਾਡੀ ਆਪਦੀ ਸੋਚ ਆ, ਮੇਰੀ ਆਪਦੀ ਆ, ਮੈਂ ਸਾਰਿਆਂ ਨੂੰ ਇੱਕ ਸੋਚ 'ਚ ਬੰਨ ਨਹੀਂ ਸਕਦਾ, ਠੀਕ ਆ, ਕਿਉਂਕਿ ਮੈਂ ਪੰਜਾਬ ਐਂ ਕਿਵੇਂ ਬੰਨ ਦੂੰ ਯਾਰ, ਸਾਰੇ ਆਪਦੇ ਆ, ਜਿਹੜਾ ਬੰਦਾ ਮੇਰੇ ਵਰਗਾ ਐਂ ਨਹੀਂ ਪਤਾ ਘਰੇ ਲੜ ਕੇ ਗਲਤ ਕਮੈਂਟ ਕਰਦੇ, ਐਂ ਨਹੀਂ ਪਤਾ ਘਰੇ ਸੈੱਟ ਆ ਅਤੇ ਖੁਸ਼ ਆ, ਐਂ ਨਹੀਂ ਪਤਾ ਸਹੀ ਕਮੈਂਟ ਕਰਦੇ, ਇਹਦਾ ਚੱਲੀ ਜਾਂਦਾ, ਠੀਕ ਹੈ ਬਾਈ, ਗੱਲਾਂ ਬਾਤਾਂ ਇਹੀ ਸੀਗੀਆਂ ਕਰਨੀਆਂ ਤੁਹਾਡੇ ਨਾਲ, ਅਤੇ ਹੋਰ ਦੱਸੋ ਬਾਈ, ਸੋਨੂੰ ਸਿੰਘ ਟਿੰਗਲਿੰਗ ਕੀ ਹਾਲ ਆ ਬਾਈ, ਮਿੰਨੀ ਭਿੱਖੀ ਕੀ ਹਾਲ ਆ ਬਾਈ, ਮਹੀਨਾ 20 ਦਿਨਾਂ ਬਾਅਦ ਲੈ ਆਇਆ, ਲੋਕ ਕਹਿੰਦੇ ਕਿੱਧਰ ਗਿਆ, ਬਿਜੀ ਹੋ ਗਿਆ, ਕਿੱਧਰ ਭੱਜ ਗਿਆ, ਇੰਨੇ ਮੁੱਦੇ ਚੱਲੀ ਜਾਂਦੇ ਬਾਈ, ਇਹਦਾ ਚੱਲੀ ਜਾਊਗਾ ਅਖਾੜਾ, ਆਪਦੇ ਵੀ ਕੰਮ ਧੰਦੇ ਕਰਨੇ ਹੁੰਦੇ ਆ, ਸਰਕਾਰੀ ਖਰੀਦ ਸੰਬੰਧੀ MLA ਨੂੰ ਮੰਗ ਪੱਤਰ ਦਿੰਦੇ ਫਿਰਦੇ ਸੀ, ਅਤੇ ਬਸ ਭੈਣ ਮੈਂਡੀ ਤੱਖੜ 'ਤੇ ਮੈਂ ਤਾਂ ਲੈ ਹੋਇਆ ਸੀ ਕਿਉਂਕਿ ਫਿਲਮ 'ਤੇ ਮੈਨੂੰ ਮਿਲੀ ਸੀ, ਮੇਰੇ ਨਾਲ ਫਿਲਮ ਜਿਹੜੀ ਉਹ ਕੀਤੀ ਸੀ ਨਿੰਜੇ ਵਾਲੀ ਆਉਂਦੀ ਆ, ਮਿੰਟੂ ਗੁਰਸਰੀਏ ਦੀ ਲਿਖੀ ਵੀ ਸੀ, ਬਸ ਉੱਥੇ ਗੱਲਾਂ ਬਾਤਾਂ ਹੋਈਆਂ ਸੀ ਵੀ ਭੈਣ ਬਹੁਤ ਵਧੀਆ, ਭਰਾਵੋ ਇੰਡਸਟਰੀ ਬਹੁਤ ਛੋਟੀ ਆ, ਕੁਛ ਪਾਕਿਸਤਾਨ 'ਚ ਵੰਡੀ ਗਈ, ਬਹੁਤ ਘੱਟ ਪੰਜਾਬੀ ਬੋਲਣ ਵਾਲੇ ਰਹਿ ਗਏ, ਅਤੇ ਇੱਕ ਦੂਜੇ ਦੀ ਭਰਾਵੋ ਸਪੋਰਟ ਕਰਿਆ ਕਰੋ, ਖਾਸ ਖਾਸ ਦੀ ਖੇਤੀ ਵਾਲੇ ਵੀ ਮੰਗ ਪੱਤਰ ਦੇ ਜੱਟਾ, ਦੇ ਦਿਆਂਗੇ ਬਾਈ, ਖਾਸ ਖਾਸ ਦੀ ਖੇਤੀ ਵੀ ਹੋਣੀ ਚਾਹੀਦੀ ਆ, MLA ਨੂੰ ਦੇ ਦਿਆਂਗੇ ਮੰਗ ਪੱਤਰ, ਕਿਸੇ ਦੀ ਕੁੜੀ ਧੀ ਭੈਣ ਬਦਨਾਮ ਨਾ ਕਰੋ, ਕਿਉਂਕਿ ਆਪਣੇ ਵੀ ਕੁੜੀਆਂ ਧੀਆਂ ਭੈਣਾਂ, ਅਤੇ ਗੱਲ ਇਹ ਆ ਭਰਾਵੋ, ਜਿੰਨੀਆਂ ਵੀ ਐਕਟਰਨੀਆਂ ਗਾਉਣ ਵਾਲੀਆਂ ਸਾਰੀਆਂ ਨਾਲ ਖੜੋ, ਹੁਣ ਵਿੱਚ ਲਿਖੀ ਜਾਂਦੇ, ਤੂੰ ਪਤਾ ਲਵਾਤਾ, ਮੈਂ ਕੀ ਪਤਾ ਲਵਾਤਾ, ਸਾਰਿਆਂ ਕੋਲ ਹੀ ਵੀਡੀਓ ਤੁਰੀ ਫਿਰਦੀ ਆ, ਧੱਕੇ ਨਾਲ ਸੋਫਟਵੇਅਰ ਨਾਲ ਨਕਲੀ ਵੀਡੀਓ ਬਣਾ ਕੇ ਭੇਜਤੀ ਲੋਕਾਂ ਕੋਲ, ਕਮਾਲ ਆ ਯਾਰ, ਅਤੇ ਤੇਰੇ ਲਾਈਵ ਹੋਣ ਨਾਲ ਕਹਿੰਦਾ ਵੀਡੀਓ ਸਾਰੇ ਦੇਖਣਾ, ਉਹ ਪਤੰਦਰਾ ਸਾਰੇ ਦੇਖ ਹਟੇ, ਠੀਕ ਆ, ਬਾਕੀ ਜਿਹੜਾ ਕਮੈਂਟਾਂ 'ਚ ਕੋਈ ਭੌਂਕਣਾ ਗਲਤ ਮਤਲਬ ਭੌਂਕੀ ਹੋ, ਮੇਰੇ 'ਤੇ ਕੋਈ ਅਸਰ ਨਹੀਂ, ਕਿਉਂਕਿ ਮੈਨੂੰ 6 ਸਾਲ ਹੋ ਗਏ, ਮੈਂ ਸਮਝ ਚੁੱਕਿਆ ਵੀ ਤੁਸੀਂ ਕਮੈਂਟ ਕਿਵੇਂ ਕਰਦੇ ਹੋ, ਤੁਹਾਡਾ ਕਮੈਂਟ ਤਾਂ ਤੁਸੀਂ ਐਂ ਕਰਦੇ ਹੋ, ਜੇ ਤਾਂ ਘਰੇ ਮੰਨ ਲਓ ਨਹੀਂ ਲੜਾਈ, ਘਰੇ ਸਾਰਾ ਸੈੱਟ ਆ, ਅਤੇ ਫਿਰ ਉਹਦੇ ਦਾ ਕਮੈਂਟ ਸਹੀ ਕਰ ਦਿੰਦੇ, ਜਿੱਦੇ ਕਿਸੇ ਨਾਲ ਲੜੇ ਭਰੇ ਉਹ ਗਲਤ ਕਰ ਦਿੰਦੇ, ਤੁਹਾਡਾ ਕੀ ਸੁਣਨਾ, ਮੇਰਾ ਕੋਈ ਸਿਸਟਮ ਨਹੀਂ, ਅਤੇ ਇੰਡਸਟਰੀ ਦਾ ਕਲਾਕਾਰ ਹੋਣ ਕਾਰਨ ਛੋਟਾ ਜਿਹਾ, ਮੈਂ ਤਾਂ ਕਰਕੇ ਭੈਣ ਮੈਂਡੀ ਤੱਖੜ ਦੀ ਸਪੋਰਟ ਕਰਦਾਂਗਾ, ਰੰਧਾਵੇ ਯਾਰ ਕਨੇਡਾ ਵਾਲੀ ਸਿੰਮੀ ਸੁੰਮੀ ਜੀ ਟਿਕ ਗਈ, ਦੱਸੀ ਯਾਰ, ਉਸ ਨਾਲ ਇੰਨੋ ਕਾਹਤੋਂ ਖੜ ਕੇ, ਉਹ ਚੱਲੀ ਜਾਂਦਾ ਸੈਮੀ ਧਾਲੀਵਾਲ ਨੂੰ ਕਹਿੰਦਾ ਗਾ, ਅਤੇ ਉਹਦਾ ਖਾੜਾ ਚੱਲੀ ਜਾਊਗਾ, ਉਹ ਕੋਈ ਚੱਕਰ ਨਹੀਂ, ਇਹੋ ਜਿਹਾ ਕੁਛ ਨਾ ਕਰਿਆ ਕਰੋ, ਫੇਕ ਬਣਾ ਕੇ ਕਿਸੇ ਦੀ ਇੱਜ਼ਤ ਨਾ ਰੋਲਿਆ ਕਰੋ, ਕਿਉਂਕਿ ਸਾਰਿਆਂ ਦੇ ਮਾਵਾਂ ਧੀਆਂ ਭੈਣਾਂ ਕੁੜੀਆਂ ਸਾਰਿਆਂ ਨੂੰ ਪਤਾ ਹੀ ਆ, ਹੈ ਨਾ, ਤੂੰ ਕਹਿੰਦਾ ਦੇਖਿਆ ਵੀਡੀਓ, ਤੂੰ ਦੇਖੀ ਆ, ਸਾਰੇ ਪੰਜਾਬ ਨੇ ਜੇ ਤੁਸੀਂ ਦੇਖਿਆ ਫੇਰ ਹੀ ਸ਼ੇਅਰ ਕੀਤਾ, ਫੇਰ ਹੀ ਗਾਹ ਗਈ ਆ, ਉਹ ਬੇਕਾਰ ਜਾਂ ਫੁੱਦੂਆਂ ਗੱਲਾਂ ਨਾ ਕਰਿਆ ਕਰੋ, ਸਾਰਿਆਂ ਦੇ ਧੀਆਂ ਭੈਣਾਂ, ਠੀਕ ਆ, ਅਤੇ ਗਲਤ ਹੋਇਆ ਮੈਂਡੀ ਨਾਲ ਨਵਜੋਤ, ਮੈਂ ਤਾਂ ਹਾਂ ਬਾਈ ਇਹੀ ਗੱਲ 'ਤੇ ਮੈਂ ਲਾਈਵ ਹੋਇਆ, ਧੀਆਂ ਭੈਣਾਂ ਸਾਰਿਆਂ ਦੇ ਆ, ਠੀਕ ਆ, ਗਲਤ ਆ ਇਹ ਗੱਲ, ਮੈਂਡੀ ਦੀ ਵੀਡੀਓ ਹੋਰ ਵੀ ਬਹੁਤ ਐਕਟਰਨੀਆਂ ਦੀ ਕਰ ਦਿੰਦੇ ਆ, ਗਲਤ ਆ ਯਾਰ, ਮਸਾਂ ਮਿਹਨਤ ਨਾਲ ਤਾਂ ਗਿਆ, ਧੀਆਂ ਭੈਣਾਂ ਸਾਰਿਆਂ ਦੇ ਆ, ਮੈਂ ਇਹ ਦੁਬਾਰੇ ਕਹਿੰਦਾ ਇੱਜ਼ਤ ਰੱਖਣੀ ਚਾਹੀਦੀ ਹੈ, ਕਿਉਂਕਿ ਮੇਰੇ ਨਾਲ ਭੈਣ ਨੇ ਉਦੋਂ ਨਿੰਜੇ ਵਾਲੀ ਫਿਲਮ ਜਿਹੜੀ ਜ਼ਿੰਦਗੀ ਜਿੰਦਾ ਵਾ ਸੀ, ਉੱਥੇ ਸੂਟ 'ਤੇ ਮੈਨੂੰ ਮਿਲੀ ਸੀ, ਬਹੁਤ ਨਰਮ ਕੁੜੀ ਹੈ, ਠੀਕ ਆ, ਅਤੇ ਹਾਂ ਕਾਕਾ ਗੌਤ ਕੀ ਕਹਿੰਦਾ ਆਪਣਾ ਐਕਟਰ ਭਰਾ ਕਹਿੰਦਾ ਵੀਡੀਓ ਨਕਲੀ, ਹਾਂ ਬਾਈ ਵੀਡੀਓ ਨਕਲੀ ਆ ਯਾਰ, ਤਾਂ ਹੀ ਤਾਂ ਕਹਿੰਦਾ ਵੀ ਇੰਡਸਟਰੀ ਦੇ ਸਾਰੇ ਐਕਟਰ ਸਭ ਸਪੋਰਟ ਕਰਨ ਯਾਰ, ਠੀਕ ਆ ਵੀ ਨਕਲੀ ਆ ਯਾਰ, ਇਹ ਧੱਕਾ ਗਲਤ ਆ ਕੰਮ, ਇਹ ਅੱਜ ਉਹਦੇ 'ਤੇ ਆ, ਕੱਲ੍ਹ ਨੂੰ ਕਿਸੇ 'ਤੇ ਹੋਰ ਹੋ ਜੂ, ਇਹਦਾ ਚੱਲੀ ਜਾਣਾ, ਹੈ ਨਾ, ਇਹ ਬਾਈ ਨਾਲ ਖੜਿਆ ਕਰੋ, ਠੀਕ ਆ, ਸਾਰੇ ਇੰਡਸਟਰੀ ਵਾਲਾ ਬਾਈ, ਬੇਅੰਤ ਰਾਏਪੁਰ ਵੀ ਸਾਰੀ ਇੰਡਸਟਰੀ ਦੇਖੀ ਜਾਂਦੀ ਆ, ਵੱਡੇ ਵੱਡੇ ਐਕਟਰ ਐਕਟਰਨੀਆਂ ਮੇਰਾ ਲਾਈਵ ਦੇਖੀ ਜਾਂਦੇ ਆ, ਸਾਰਿਆਂ ਨੂੰ ਬੇਨਤੀ ਆ ਵੀ ਭਰਾਵੋ ਮੈਂਡੀ ਦੇ ਹੱਕ 'ਚ ਆਓ, ਕੱਲ੍ਹ ਨੂੰ ਆਪਣੇ ਨਾਲ ਵੀ ਹੋ ਸਕਦੀ ਆ, ਮੈਂ ਵੀ ਇੱਕ ਛੋਟਾ ਜਿਹਾ ਕਲਾਕਾਰ ਹੋਣ ਦੇ ਕਾਰਨ ਇਹ ਲਾਈਵ 'ਤੇ ਆਇਆ ਸੀਗਾ ਅੱਜ, ਅਤੇ ਬਾਕੀ ਜਿੰਨੀਆਂ ਵੀ ਐਕਟਰਨੀਆਂ ਗਾਉਣ ਵਾਲੀਆਂ ਸਾਰੀਆਂ ਮੈਂਡੀ ਤੱਖੜ ਭੈਣ ਦੇ ਹੱਕ 'ਚ ਖੜਨ, ਕਿਉਂਕਿ ਪਹਿਲੀ ਇੰਡਸਟਰੀ ਬਹੁਤ ਛੋਟੀ ਆ, ਮੈਂ ਵਾਰ ਵਾਰ ਕਹੀ ਜਾਂਦਾ, ਬਾਕੀ ਕੁੜੀਆਂ ਦੀ ਧੀਆਂ ਭੈਣਾਂ ਦੀ ਇੱਜ਼ਤ ਸਾਰਿਆਂ ਦੀ ਬਰਾਬਰ ਹੁੰਦੀ ਆ, ਸਭ ਦੇ ਕੁੜੀਆਂ ਧੀਆਂ ਭੈਣਾਂ ਹੈਗੀਆਂ, ਹੈ ਨਾ, ਅਤੇ ਗੱਲ ਇਹੀ ਗੱਲਾਂ ਬਾਤਾਂ ਸੀ, ਕਹਿੰਦਾ ਬਾਈ ਕਹਿੰਦਾ ਤੇਰੀ ਐਨਕ ਲੋਟ ਨਹੀਂ ਹੁੰਦੀ, ਤੈਨੂੰ ਬਿੱਲ ਆਉਂਦਾ, ਮੈਂ ਆਪਦੀ ਐਨਕ ਤਾਹਾਂ ਰੱਖਾਂ ਥੱਲੇ ਰੱਖਾਂ, ਤੂੰ ਕੀ ਲੈਣਾ ਗਾ, ਠੀਕ ਹੈ, ਅਤੇ ਹੋਰ ਦੱਸੋ ਬਾਈ, ਯਾਰ ਵੀਡੀਓ ਫੇਕ ਆ ਕਾਕਾ ਕੌਤਕੀ ਐਕਟਰ ਕਹਿੰਦਾ, ਹਾਂ ਬਾਈ ਫੇਕ ਹੀ ਆ, ਉਹੀ ਗੱਲ 'ਤੇ ਮੈਂ ਲਾਈਵ ਹੋਇਆਂਗਾ, ਵੀ ਆਪਾਂ ਭੈਣ ਦੀ ਪੂਰੀ ਸਪੋਰਟ ਕਰਦੇ ਹਾਂ, ਅਤੇ ਆਪਾਂ ਉਹਦੇ ਨਾਲ ਖੜ੍ਹੇ ਹਾਂ, ਹੋਰ ਦੱਸੋ ਬਾਈ ਕੀ ਹਾਲ ਆ, ਸੁਖਪ੍ਰੀਤ ਸਿੰਘ ਕੀ ਹਾਲ ਆ ਬਾਈ, ਅਤੇ ਬਸ ਇਹੀ ਗੱਲਾਂ ਬਾਤਾਂ ਸੀ, ਅੱਜ ਤਾਂ ਬਹੁਤ ਬੰਦੇ ਦੇਖਦੇ ਸੀ, ਬਾਹਲੇ ਚਿਰ ਬਾਅਦ ਲਾਈਵ ਆਏ ਸੀਗੇ, ਅਤੇ ਹੋਰ ਹਰਪ੍ਰੀਤ ਗਿੱਲ ਕੀ ਹਾਲ ਆ, ਬਸ ਇਹੀ ਗੱਲ ਸੀ ਵੀ ਭੈਣ ਦੀ ਸਪੋਰਟ ਕਰੋ ਯਾਰ, ਬਾਕੀ ਸਾਰੀ ਇੰਡਸਟਰੀ ਨੇ ਸਪੋਰਟ ਕੀਤੀ ਆ, ਵਧੀਆ ਗੱਲ ਆ।